ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਆ। ਅੱਜ ਆਪਾਂ ਨਾ ਗੱਲ ਕਰਨੀ ਆ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਦਾ ਆ ਮੁੰਡਾ ਇੱਕ, ਮਜ਼੍ਹਬੀ ਸਿੰਘਾਂ ਅਤੇ ਘਰਾਣੇ ਤੋਂ ਬਿਲੋਂਗ ਕਰਦਾ। ਉਹ ਬਹੁਤ ਵਧੀਆ ਪ੍ਰਚਾਰ ਕਰਦਾ ਆ, ਸੱਚ ਦੇ ਉੱਤੇ ਪ੍ਰਚਾਰ ਕਰਦਾ ਆ ਅਤੇ ਹਰੇਕ ਦੇ ਵਾਸਤੇ ਆਵਾਜ਼ ਵੀ ਬੁਲੰਦ ਕਰਦਾ ਆ, ਜਿਹਦਾ ਨਾਂ ਹੈਗਾ ਵਿਸ਼ਵਦੀਪ ਫਾਜ਼ਿਲਕਾ। ਤੋਂ ਅਤੇ ਉਸਨੂੰ ਉਹਨਾਂ ਦੇ ਏਰੀਏ ਦਾ ਕੋਈ ਬੰਦਾ ਆ ਗੋਲਟੀ ਕੰਬੋਜ, ਜਿਸ ਨੇ ਫੜ ਕੇ ਜੇਲ੍ਹ ਦੇ ਵਿੱਚ ਸੁਟਵਾ ਦਿੱਤਾ ਕੁਝ ਪੰਜਾਬ ਪੁਲਿਸ ਦੇ ਵੱਲੋਂ। ਪਹਿਲਾਂ ਤਾਂ ਮੈਂ ਤੁਹਾਨੂੰ ਉਹਨਾਂ ਦੇ ਵੱਲੋਂ ਸੁਣਾਉਣਾ ਦੋ ਕੁ ਮਿੰਟ ਗੱਲਬਾਤ ਕਿ ਉਹਨਾਂ ਦੀ ਮਾਂ ਉਹਨਾਂ ਦੇ ਬਾਰੇ ਅਤੇ ਉਹਨਾਂ ਨੇ ਕਹਿ ਰਹੀ ਆ ਮਾਈ ਉਹਨਾਂ ਦੀ। ਲਾਈਟ ਥੋੜ੍ਹੀ ਘੱਟ ਕਰਨਾ। ਜਦੋਂ ਪੁਲਿਸ ਮੰਗਾਈ ਤੇ ਮੁੜ ਕੇ ਇਹਨਾਂ ਨੂੰ ਪੁਲਿਸ ਨੇ ਲਿਆ ਚੱਕ, ਜਦੋਂ ਪੁਲਿਸ ਨੇ ਚੱਕ ਲਿਆ ਤੇ ਗੋਲਡੀ ਨੇ ਫਿਰ ਇਹਦੇ ਤੇ ਵਿਸ਼ਵਦੀਪ ਤੇ ਪਰਚਾ ਕਰਵਾਇਆ। ਵੀਡੀਓ ਸ਼ੇਅਰ ਕਰ ਦਿਓ। ਜਿਹੜਾ ਆਮ ਆਦਮੀ ਪਾਰਟੀ ਦਾ MLA ਆ, ਉਹ ਕਹਿ ਕਹਿ ਕੇ ਇਹਨਾਂ ਨੇ ਇੱਥੋਂ ਪਿੰਡ ਵਾਲਿਆਂ ਨੇ ਪਰਚਾ ਕਰਵਾਇਆ ਵੀ ਇਹਨਾਂ ਤੇ ਪਰਚਾ ਕੱਟਿਆ ਜਾਵੇ। ਦੋ ਗੱਡੀਆਂ ਉਹ ਵੀ ਕਿਸੇ ਦੀਆਂ, ਵੀ ਮੇਰੇ ਪੁੱਤ ਕੋਲ ਤਾਂ ਗੱਡੀਆਂ ਵੀ ਹੈ ਨਹੀਂ ਗੀਆਂ, ਮੇਰੇ ਪੁੱਤ ਦੀਆਂ ਇਹਨਾਂ ਨੇ ਗੱਡੀਆਂ ਵੀ ਚੱਕ ਕੇ ਉਹ ਕਿਸੇ ਦੀਆਂ ਹੈਗੀਆਂ ਸੀ, ਉਹ ਕੱਲ੍ਹ ਫੜਾਉਣ ਜਾਣਾ ਸੀ, ਉਹ ਗੱਡੀਆਂ ਵੀ ਉੱਥੇ ਖੜੀਆਂ ਇਹਨਾਂ ਨੇ ਥਾਣੇ 'ਚ ਲਾ ਲਈਆਂ, ਅਤੇ ਮੇਰਾ ਪੁੱਤ ਵੀ ਦੂਜੇ ਦੋ ਮੁੰਡੇ ਸਾਡੇ ਉਹ ਵੀ ਇਹਨਾਂ ਨੇ ਉਹਨਾਂ ਨੂੰ ਥਾਣੇ ਵਿੱਚ ਲੈ ਲਿਆ। ਅਤੇ ਹੁਣ ਕਹਿੰਦੇ ਆ ਵੀ ਆਖੇ NPSC ਦਾ ਜਿਹੜਾ ਕਿ ਅੰਮ੍ਰਿਤਪਾਲ 'ਤੇ ਪਰਚਾ ਹੋ ਰਿਹਾ, ਆਖੇ ਉਹ ਪਰਚਾ ਕੱਟਣਾ ਇਹਦੇ 'ਤੇ। ਹਾਂ ਵੀ ਦੱਸੋ ਵੀ ਮੇਰੇ ਪੁੱਤ ਨੇ ਏਡਾ ਕੀ ਗੁਨਾਹ ਕੀਤਾ। ਮੇਰਾ ਪੁੱਤ ਲੋਕਾਂ ਦੇ ਘਟਨਾ ਇਹੀ ਕੀਤਾ ਵੀ ਜਿਹੜੇ ਸਾਡੇ ਵਰਗੇ ਆਮ ਲੋਕ ਆ ਉਹਨਾਂ ਦੇ ਮੁੱਦੇ ਚੱਕਦਾ, ਉਹਨਾਂ ਦੇ ਨਾਲ ਜਾਂਦਾ, ਇਸੇ ਕਰਕੇ ਉਹਨੂੰ ਧਮਕੀਆਂ ਵੀ ਬੜੇ ਦਿੱਤੀ ਨਾ ਦਿਖਾਈ ਜਾਂਦੀਆਂ ਸੀਗਾ, ਤੇ ਮੈਂ ਉਹਦੀ ਮਾਸੀ ਆ। ਉਹਨੇ ਮੇਰੇ ਕੋਲ ਵੀ ਗੱਲ ਕੀਤੀ ਸੀ, ਉਹ ਸਾਡੇ ਕੋਲੇ ਵੀ ਗਿਆ, ਮੈਨੂੰ ਕਹਿੰਦਾ ਮਾਸੀ ਮੈਨੂੰ ਇਸ ਤਰ੍ਹਾਂ ਕਰਕੇ ਜੱਟ ਵੀ ਕਈ ਆਉਂਦੇ ਆ ਤੇ ਕਈ ਹੋਰ ਵੀ ਬੰਦਿਆਂ ਦੇ ਫੋਨ ਆਉਂਦੇ ਆ, ਠੀਕ ਆ ਵੀ ਤੂੰ ਹਟ ਜਾ ਇਸ ਲਾਈਨ ਦੇ ਵਿੱਚੋਂ ਹਟ ਜਾ। ਤੇ ਮੇਨ ਮੁੱਦਾ ਵਿਸ਼ਵਦੀਪ ਤੇ ਇਹੀ ਆ ਕਿ ਉਹ ਇੱਕ ਆਮ ਬੰਦੇ ਦੀ ਗੱਲ ਸੁਣਦਾ, ਇਹ ਗੱਲ ਆ ਵੀ ਉਹ ਕਿਤੇ ਨਾ ਕਿਤੇ ਉਹਨੂੰ ਇਸ ਪਾਸੇ ਪਿੱਛੇ ਕੀਤਾ ਜਾਵੇ। ਹਾਂਜੀ ਭਰਾਓ, ਮੈਂ ਤੁਹਾਡੇ ਨਾਲ ਗੱਲ ਇਹ ਕਰਨਾ ਚਾਹੁੰਦਾ ਕਿ ਇਹ ਵੀਰ ਆਪਣਾ ਵਿਸ਼ਵਦੀਪ ਫਾਜ਼ਿਲਕਾ ਦੇ ਉੱਤੋਂ ਬਿਲੋਂਗ ਕਰਦਾ, ਜਿਹੜਾ ਕਿ ਮਜ਼੍ਹਬੀ ਸਿੰਘ ਦੇ ਪਰਿਵਾਰ ਦੇ ਤੋਂ ਬਿਲੋਂਗ ਕਰਦਾ ਆ। ਆਪਣਾ ਫਰਜ਼ ਬਣਦਾ ਜਿਹੜਾ ਸੋਸ਼ਲ ਮੀਡੀਆ 'ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ, ਉਹਨਾਂ ਦੇ ਨਾਲ ਖੜਨ ਦੀ ਲੋੜ ਆ। ਅੱਜ ਮੈਂ ਇਹ ਗੱਲ ਕਰਨਾ ਆ ਵੀ ਇਹ ਗਰੀਬ ਸਿੱਖ ਆ, ਗਰੀਬ ਸਿੱਖ ਕੋਈ ਵੱਡਾ ਬੰਦਾ ਹੁੰਦਾ ਨਾ, ਅਤੇ ਉਹਦੇ ਵਾਸਤੇ ਸੋਸ਼ਲ ਮੀਡੀਆ 'ਤੇ ਲਾਈਵਾਂ ਦਾ ਲੋਕਾਂ ਨੇ ਧੜਾ ਧੜ ਗਾਹ ਪਾ ਦੇਣਾ ਸੀ, ਕਿਉਂਕਿ ਇਹ ਮਜ਼ਦੂਰ ਦਾ ਪੁੱਤਰ ਹੈ, ਗਰੀਬ ਮਜ਼੍ਹਬੀ ਸਿੰਘ ਪਰਿਵਾਰ ਆ, ਇਹਦੇ ਨਾਲ ਤਾਂ ਨਹੀਂ ਲੋਕ ਖੜੇ ਵੀ ਸਾਨੂੰ ਕੀ ਲੋੜ ਆ ਖੜਨ ਦੀ, ਪਰ ਸਾਡੇ ਦਿਲ ਦੇ ਵਿੱਚ ਪ੍ਰੇਮ ਆ, ਕਿਉਂਕਿ ਇਹਨਾਂ ਜਿਹੜੇ ਗਰੀਬ ਵਰਗ ਦੇ ਲੋਕ ਨੇ, ਮਜ਼ਦੂਰਾਂ ਦੇ ਪੁੱਤਰ ਨੇ, ਇਹ ਫਿਰ ਵੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਡਿਆ, ਸਾਡਾ ਫਰਜ਼ ਬਣਦਾ ਇਹਨਾਂ ਦੇ ਨਾਲ ਖੜਨ ਦਾ। ਅਤੇ ਮੈਂ ਤੁਹਾਨੂੰ ਇਹਦੀ ਫੋਟੋ ਵੀ ਪਹਿਲਾਂ ਮੁੰਡੇ ਦੀ ਵਿਖਾ ਦਿੰਦਾ ਹਾਂ, ਜਦੋਂ ਕੋਟ ਦੂਨੇ ਦੇ ਵਿੱਚ ਉੱਥੇ ਇਕੱਠ ਹੋਇਆ ਸੀ ਨਾ ਭਾਨੇ ਸਿੱਧੂ ਦਾ ਕਰਕੇ, ਅਤੇ ਉੱਥੇ ਇਹ ਸਾਰੇ ਜਾਣਿਆਂ ਦੇ ਆਵਾਜ਼ ਬੁਲੰਦ ਕਰਨ ਵਾਸਤੇ ਆਪਣੀ ਗੱਡੀ ਕਿਰਾਏ 'ਤੇ ਆਪਣੇ ਕੋਲੋਂ ਪੈਸੇ ਤੇਲ ਪਾ ਕੇ ਅਤੇ ਉਹਨਾਂ ਦੀ ਸਪੋਰਟ ਕਰਨ ਵਾਸਤੇ ਗਿਆ ਸੀ। ਪੰਜਾਬ ਪੁਲਿਸ ਨੇ ਇਹਦੇ ਵੀਰ ਦੇ ਉੱਤੇ 4-5 ਧਾਰਾਂ ਲਵਾ ਦਿੱਤੀਆਂ ਆ, 4-5 ਧਾਰਾਂ ਇਹਤੇ ਲਾ ਕੇ ਅਤੇ ਇਹਤੇ ਪਰਚਾ ਦਿੱਤਾ ਕਰਵਾ, ਅਤੇ ਲੱਖੇ ਵਾਸਤੇ ਵੀ ਬੋਲਿਆ, ਭਾਨੇ ਵਾਸਤੇ ਵੀ ਬੋਲਿਆ, ਉਹਨਾਂ ਦੇ ਕੋਟ ਦੂਨੇ ਪਿੰਡ ਵਿੱਚ ਵੀ ਗਿਆ ਏ।
ਤੇ ਉੱਥੇ ਜਾ ਕੇ ਇਹਨੇ ਐ ਗੱਜ ਕੇ ਪ੍ਰਚਾਰ ਕੀਤਾ, ਨੌਜਵਾਨਾਂ ਨੂੰ ਇਕੱਠੇ ਕੀਤਾ, ਅਸੀਂ ਸਾਰਾ ਕੁਝ ਦੇਖਦੇ ਹਾਂ, ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਆਵਾਜ਼ ਬੁਲੰਦ ਕਰਦਾ ਅਸੀਂ ਉਹਦੇ ਨਾਲ ਆ ਭਾਵੇਂ ਕੋਈ ਵੀ ਹੋਵੇ। ਤੇ ਅੱਜ ਇਹਦੇ ਵਾਸਤੇ ਕੋਈ ਨਹੀਂ ਉੱਠਿਆ ਕਿਉਂਕਿ ਇਹ ਗਰੀਬ ਦਾ ਪੁੱਤਰ ਆ, ਮਜ਼ਦੂਰ ਦਾ ਪੁੱਤਰ ਆ, ਤੇ ਮੈਂ ਇੱਥੋਂ ਸਪੋਰਟ ਕਰਦਾ ਹਾਂ ਤੇ ਹੋ ਸਕਦਾ ਅਸੀਂ ਉੱਥੇ ਜਾਈਏ ਵੀ, ਉਹਦੀ ਉੱਥੇ ਸਪੋਰਟ ਵੀ ਕਰੀਏ ਜਾ ਕੇ। ਤੇ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਜਿਹੜੇ ਕੁਝ ਜੱਟ ਵੀਰ ਨੇ, ਕੁਝ ਜੱਟ ਸਿੱਖ ਨੇ ਜੁੜੇ ਕੇ, ਕੁਝ ਮਜ਼੍ਹਬੀ ਸਿੰਘ ਭਰਾ ਨੇ, ਉਹ ਇਸ ਵੀਰ ਦੀ ਪੂਰੀ ਡਟ ਕੇ ਸਪੋਰਟ ਕਰੋ ਕਿਉਂਕਿ ਜਿਹੜਾ ਆਵਾਜ਼ ਬੁਲੰਦ ਕਰਦਾ ਨਾ ਹੱਕ ਸੱਚ ਦੀ, ਐਵੇਂ ਕਹਿ ਦਿੰਦੇ ਆ ਵੀ ਸੋਸ਼ਲ ਮੀਡੀਆ 'ਤੇ ਤੁਸੀਂ ਪ੍ਰਚਾਰ ਕਰਦੇ ਹੋ ਅਤੇ ਜਦੋਂ ਬੰਦੇ ਉੱਤੇ ਪੈਂਦੀ ਆ ਨਾ ਫਿਰ ਬੰਦੇ ਦੇ ਮਗਰ ਨਹੀਂ ਕੋਈ ਖੜਦਾ। ਇਹ ਬੰਦਾ ਪਹਿਲਾਂ ਜਿਹੜਾ ਵਿਸ਼ਵਦੀਪ ਸੀ ਨਾ, ਇਹ ਪਹਿਲਾਂ MLA ਦੀ ਚੋਣ ਲੜਨ ਜਾ ਲੱਗਾ, ਜੋ ਚੋਣ ਲੜਿਆ ਸੀ ਉਦੋਂ ਵੀ ਇਹ ਕਾਮਯਾਬ ਨਹੀਂ ਹੋਇਆ, ਲੋਕਾਂ ਨੇ ਵੋਟ ਨਹੀਂ ਪਾਏ ਕਿਉਂਕਿ ਸੱਚਾ ਬੰਦੇ ਨੂੰ ਲੋਕ ਵੋਟ ਘੱਟ ਹੀ ਪਾਉਂਦੇ ਹੁੰਦੇ ਆ। ਅਤੇ ਮੁੜ ਕੇ ਹੁਣ MP ਦੇ ਵਿੱਚ ਇਹਨੇ ਆਪਣੇ ਬਾਪੂ ਨੂੰ ਖੜਾ ਕੀਤਾ ਅਤੇ ਉਹ ਵੀ ਨਹੀਂ ਲੋਕਾਂ ਨੇ ਵੋਟ ਪਾਈ ਅਤੇ ਇਹਦਾ ਸਾਥ ਨਹੀਂ ਦਿੱਤਾ। ਅੱਜ ਗੋਲਟੀ ਕੰਬੋਜ ਜਿਹੜਾ ਕੋਈ MLA ਉਹ ਏਰੀਏ ਦੇ ਵਿੱਚ ਉਹਦੇ ਨਾਲ ਇਹਦੀ ਅਣਬਣ ਹੋਈ ਆ, ਜਦੋਂ ਕੋਈ ਤਕਰਾਰ ਕਿਸੇ ਚੀਜ਼ ਦਾ ਹੁੰਦਾ ਇਹਦੇ ਉੱਤੇ ਅਤੇ ਇਹਦੇ ਸਾਥੀਆਂ ਦੇ ਉੱਤੇ ਪਰਚਾ ਕਰਾ ਕੇ ਅਤੇ ਇਹਨੂੰ ਜੇਲ੍ਹ ਦੇ ਵਿੱਚ ਸਟਾਇਆ, ਇਹ ਬੰਦੇ ਦਾ ਕੋਈ ਸਾਥ ਨਹੀਂ ਬੰਦਾ ਦੇਣ ਡਿਆ ਕਿਉਂਕਿ ਲੋਕ ਕਹਿੰਦੇ ਸਾਨੂੰ ਕੀ ਲੋੜ ਪਈ ਹੈ, ਲੋਕ ਤਗੜੇ ਵੱਲ ਜਾਂਦੇ ਆ, ਮਾੜੇ ਗਰੀਬ ਵੱਲ ਕੋਈ ਨਹੀਂ ਜਾਂਦਾ। ਅਤੇ ਆਹ ਆਇਆ ਮੁੰਡਾ ਤੁਹਾਨੂੰ ਮੈਂ ਦਿਖਾਉਣਾ ਜੇ ਤੁਸੀਂ ਨਹੀਂ ਕਿਸੇ ਨੇ ਦੇਖਿਆ, ਅਤੇ ਆਹ ਜੇ ਮੁੰਡਾ ਹਾਂ ਆਹ ਲਓ ਹੁਣ ਦੇਖ ਲਓ, ਇਹ ਜੇ ਮੁੰਡਾ ਵਿਸ਼ਵਦੀਪ, ਅਤੇ ਇਹਦਾ ਬਈ ਸਾਥ ਦੇਣਾ ਬਣਦਾ ਆ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹੱਕ ਸੱਚ ਦੀ ਆਵਾਜ਼ ਸਦਾ ਬੁਲੰਦ ਅਤੇ ਸਦਾ ਕਾਇਮ ਹੋਣੀ ਚਾਹੀਦੀ ਆ। ਨਾਲੇ ਤੁਸੀਂ ਆਉਂਦੇ ਆ, ਤੁਸੀਂ ਮੁੱਦੇ ਨਹੀਂ ਚੱਕਦੇ, ਤੁਸੀਂ ਹੱਕ ਸੱਚ ਵਾਸਤੇ ਆਵਾਜ਼ ਬੁਲੰਦ ਨਹੀਂ ਕਰਦੇ। ਜਿਹੜੇ ਆ ਸੋਸ਼ਲ ਮੀਡੀਆ 'ਤੇ 2-4-5-10 ਜਿਹੜੇ ਬੰਦੇ ਆ ਨਾ ਬੋਲਣ ਵਾਲੇ, ਜੇ ਉਹਨਾਂ ਨਾਲ ਤੁਸੀਂ ਨਾ ਖੜੇ, ਉਹਨਾਂ ਦੇ ਵੀਡੀਓ ਇਗਨੋਰ ਕਰਦੇ ਆ, ਉਹਨਾਂ ਦੇ 2-4 ਵੀਡੀਓ ਵੇਖ ਕੇ ਤੁਸੀਂ ਛੱਡ ਦਿੰਦੇ ਆ, ਤਾਂ ਫਿਰ ਭਾਈ ਬੋਲਣਾ ਕਹਿੰਦੇ ਪੰਜਾਬ ਦੇ ਵਾਸਤੇ, ਫਿਰ ਲਾਠੀਆਂ ਤੋਂ ਡਰਦੇ ਆ ਲੋਕਾਂ ਨੇ, ਪਰਚਿਆਂ ਤੋਂ ਡਰਦਿਆਂ ਤਾਂ ਫਿਰ ਬੋਲਣਾ ਹੀ ਨਹੀਂ ਗਾ। ਜੇ ਪਰਚਿਆਂ ਤੋਂ ਡਰਨਾ, ਲਾਠੀਆਂ ਤੋਂ ਡਰਦਿਆਂ ਨੂੰ ਬੋਲਣਾ ਛੱਡ ਦਿੱਤਾ, ਜੇ ਕੋਈ ਆਪਣਾ ਬੰਦਾ ਸੋਚ ਲੂਗਾ ਛੱਡੋ ਯਾਰ ਸਾਨੂੰ ਕਿ ਸਾਡੇ ਮਗਰ ਤੇ ਕੋਈ ਇੱਕ ਬੰਦਾ ਵੀ ਸਪੋਰਟ ਨਹੀਂ ਕਰਦਾ, ਤੇ ਅਸੀਂ ਐਵੇਂ ਇਹਦੇ ਘਰਦੇ ਵੀ ਇਹਨੂੰ ਖੁਦ ਕਹਿਣ ਡਿਆ ਵੀ ਤੂੰ ਵਿਸ਼ਵਦੀਪ, ਇਹਦੀ ਮਾਤਾ ਕਹਿਣ ਡਈ ਆ, ਇਹਦੇ ਭੈਣ ਵੀ ਕਹਿਣ ਡੇ, ਸਾਰੇ ਪਰਿਵਾਰ ਇਹਨੂੰ ਕਹਿਣ ਡੇ ਵੀ ਤੂੰ ਛੱਡ, ਐਵੇਂ ਗਰੀਬਾਂ ਨਾਲ ਖੜਨਾ, ਤੇਰੇ ਨਾਲ ਕੋਈ ਖੜਦਾ ਨਹੀਂ ਗਾ, ਤੇ ਫਿਰ ਕਿੱਡੀ ਮਾੜੀ ਗੱਲ ਆ। ਜਿਹੜੇ ਆਪਣੇ ਆਪ ਨੂੰ ਬੜਾ ਸਮਝਦੇ ਆ ਵੀ ਅਸੀਂ ਇਹ ਬੜੇ ਤਕੜੇ ਪਾਵਰਫੁੱਲ ਆ, ਭਾਵੇਂ ਉਹ ਕਿਸੇ ਵੀ ਕਮਿਊਨਿਟੀ ਵਿੱਚ ਹੋਣ, ਅੱਜ ਮੈਂ ਉਹਨਾਂ ਨੂੰ ਕਹਿਣਾ ਵੀ ਇਹਨਾਂ ਦੇ ਗਰੀਬਾਂ ਦੇ ਨਾਲ ਖੜਨ ਦੀ ਲੋੜ ਆ, ਤਾਂ ਇੱਥੇ ਗਰੀਬਾਂ ਦੇ ਨਾਲ ਆ ਕੇ ਖੜੋ, ਪਤਾ ਫੇਰ ਲੱਗਦਾ ਜੀ ਇਹ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਸੀ। ਜੇਕਰ ਮੰਨ ਲਓ ਕਿਸੇ ਚੀਜ਼ ਦੀ ਤਕਰਾਰ ਹੋ ਗਈ ਆ ਤਾਂ ਉਹ ਬਹਿ ਕੇ ਮਸਲਾ ਹੱਲ ਹੋ ਜਾਂਦਾ, ਇਹ ਥੋੜ੍ਹੀ ਵੀ ਉਹਦੇ 'ਤੇ ਪਰਚੇ ਕਰਾ ਕੇ ਤਾਂ ਉਹਨੂੰ 1-2 ਸਾਲ ਦੇ ਵਾਸਤੇ ਜੇਲ੍ਹ 'ਚ ਤੁੰਦੋ ਅਤੇ ਉਹਦਾ ਜੀਵਨ ਗ੍ਰਸਤ ਕਰ ਦਈਏ। ਇਸ ਕਰਕੇ ਇੱਕ ਮਿੰਟ ਲਾਈਟ ਚੱਲ ਗਈ, ਮੈਂ ਨਾ ਥੋੜ੍ਹਾ ਲਾਈਟ ਜਗਾ ਕੇ ਨਾ, ਹਾਂ ਇਸ ਕਰਕੇ ਆਪਾਂ ਨੂੰ ਉਹ ਗਰੀਬ ਦੇ ਨਾਲ ਅੱਜ ਖੜਨ ਦੀ ਲੋੜ ਆ। ਜੇ ਆਪਾਂ ਉਹ ਗਰੀਬ ਦੇ ਨਾਲ ਅੱਜ ਨਾ ਖੜੇ ਤਾਂ ਬਹੁਤ ਸਾਰੀ ਗੱਲ ਆਪਣੇ ਵਾਸਤੇ ਮਾੜੀ ਹੋਣੀ ਆ। ਅਤੇ ਇਸ ਕਰਕੇ ਭਰਾਵੋ ਹੱਕ ਸੱਚ ਦੀ ਆਵਾਜ਼ ਬੁਲੰਦ ਕਰੋ ਅਤੇ ਸਾਰੇ ਜਣੇ ਪੋਸਟਾਂ ਪਾਓ, ਜਿੱਥੇ ਕੋਈ ਕਿਸੇ ਦੀ ਗਲਤੀ ਆ ਤਾਂ ਉਹ ਗਲਤੀ ਸੁਧਾਰੀ ਜਾਵੇ, ਅਤੇ ਬਹਿ ਕੇ ਜੋ ਮਸਲਾ ਹੱਲ ਹੁੰਦਾ ਉਹਦੇ ਨਾਲ ਦਾ ਕੋਈ ਨਜ਼ਾਰਾ ਨਹੀਂ ਗਾ। ਅਤੇ ਮੈਂ ਆਪਣੇ ਵੀਰਾਂ ਨੂੰ ਕਹੂੰਗਾ ਸਾਰੇ ਜਣੇ ਇਹ ਵੀਰ ਦਾ ਸਾਥ ਜ਼ਰੂਰ ਦਿਓ ਕਿਉਂਕਿ ਸਾਥ ਤੁਹਾਡਾ ਜਿਹੜਾ ਨਾ ਇੱਕ ਬੜੀ ਤਗੜੀ ਚੀਜ਼ ਆ। ਇਹ ਗਰੀਬ ਸਿੱਖ ਜਿਹੜੇ ਨੇ ਇਹ ਆਵਾਜ਼ ਬੁਲੰਦ ਕਿਹਦੇ ਵਾਸਤੇ ਕਰਦੇ ਨੇ? ਇਹ ਇਕੱਲਾ ਆਪਣੇ ਵਾਸਤੇ ਨਹੀਂ ਕਰਦੇ, ਸਾਰਿਆਂ ਵਾਸਤੇ ਆਵਾਜ਼ ਬੁਲੰਦ ਕਰਦੇ ਨੇ। ਹੁਣ MP ਦੀ ਪੋਸਟ ਦੇ ਉੱਤੇ ਇਹ ਆਪਣੇ ਬਾਪ ਨੂੰ ਖੜਾ ਕੀਤਾ ਸੀ, ਉਹ ਵੀ ਲੋਕਾਂ ਨੇ ਵੋਟਾਂ ਨਹੀਂ ਪਾਈਆਂ। ਇਹਨੂੰ ਬੜਾ ਚਿਰ ਹੋ ਗਿਆ ਰਾਜਨੀਤਿਕ
ਧਿਰ ਦੇ ਨਾਲ ਖਹਿੰਦਿਆਂ ਰਗੜਬਲ ਕਰਦਿਆਂ ਬੜਾ ਟਾਈਮ ਹੋ ਗਿਆ ਆ, ਪਰ ਜੇਕਰ ਤੁਸੀਂ ਇਹਨਾਂ ਦੇ ਪਰਿਵਾਰ ਦੀਆਂ ਦੁਹਾਈਆਂ ਚੀਕਾਂ ਨਾ ਸੁਣੀਆਂ ਤਾਂ ਬੜੀ ਮਾੜੀ ਗੱਲ ਆ। ਇਹ ਇਸ ਇਨਸਾਨ ਦਾ ਜੇਕਰ ਸੱਚ ਬੋਲਣ ਵਾਲਾ ਬੰਦਾ ਨਾ, ਜੇ ਇਸ ਇਨਸਾਨ ਦਾ ਜੇਲ੍ਹ ਦੇ ਵਿੱਚ ਜਾ ਕੇ ਜੀਵਨ ਗ੍ਰਸਤ ਹੋ ਜਾਵੇ ਨਾ, ਬਹੁਤ ਹੀ ਮਾੜੀ ਗੱਲ ਹੋਣੀ, ਕਿਉਂਕਿ ਇੱਕ ਸੱਚ ਬੋਲਣ ਵਾਲਾ ਬੰਦਾ ਜੇਕਰ ਉਹਦੇ 'ਤੇ ਇੱਦਾਂ ਦਾ ਕੋਈ ਦੁੱਖ ਪੈ ਜਾਵੇ ਨਾ, ਤਾਂ ਗਾਂਹ ਫਿਰ ਬੰਦਾ ਕੋਈ ਯੁਰਤ ਨਹੀਂ ਕਰਦਾ, ਕਿਉਂਕਿ ਅਗਲਾ ਇੰਨਾ ਹਾਊ ਪਰੇ ਯਾਰ ਛੱਡ ਪਰਾਂ, ਸਾਡੇ ਮਗਰ ਤਾਂ ਕੋਈ ਖੜਿਆ ਨਹੀਂ, ਅਤੇ ਅਸੀਂ ਐਵੇਂ ਆਪਣੀਆਂ ਜ਼ਿੰਦਗੀਆਂ ਜੇਲ੍ਹਾਂ 'ਚ ਖਰਾਬ ਕਰਦੇ ਰਹੀਏ। ਅੱਜ ਸਾਡਾ ਫਰਜ਼ ਆ, ਮੈਂ ਵੇਖਦਾ ਭਲਾ ਸਵੇਰ ਤੱਕ ਕਿੰਨੀਆਂ ਕੁ ਪੋਸਟਾਂ ਤੁਸੀਂ ਪਾਉਂਦੇ ਆ। ਇਸ ਨੇ ਆਪਣਾ 2-4 ਸਾਲ ਹੋ ਗਏ ਆ, ਬਹੁਤ ਸਾਰਾ ਡਟ ਕੇ ਪ੍ਰਚਾਰ ਕੀਤਾ, ਤਾਂ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੂਰੀ ਦੱਬ ਕੇ ਫੁੱਲ ਬੜਾ ਫੁੱਲ ਸਪੋਰਟ ਕਰੋ, ਇਹ ਮਜ਼੍ਹਬੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਜੇ ਬੱਚਾ। ਅਤੇ ਇਹਦੀ ਮੈਂ ਤੁਹਾਨੂੰ ਇੱਕ ਸਿਸਟਰ ਦੀ ਵੀਡੀਓ ਉਹ ਵੀ ਤੁਹਾਨੂੰ ਮੈਂ ਦਿਖਾਉਂਦਾ ਹਾਂ। ਉਹ ਵਿਚਾਰੇ ਕਹਿਣ ਡਏ ਆ ਵੀ ਸਾਡੇ ਨਾਲ ਵੇਖ ਲਓ ਕੋਈ ਨਹੀਂ ਖੜਿਆ, ਵੀਰ ਜੀ ਲਾਈਵ ਤੁਸੀਂ ਦੁਬਾਰਾ ਸੁਣ ਲਿਓ। ਆ ਇਹਦੀ ਭੈਣ ਆ, ਤੇ ਮੈਂ ਪ੍ਰਸ਼ਾਸਨ ਨੂੰ, ਪੰਜਾਬ ਪੁਲਿਸ ਨੂੰ, ਜਿਹੜਾ ਗੋਲਟੀ ਕੰਬੋਜ ਆ, ਮੈਂ ਉਹਨੂੰ ਕਹਿਣਾ ਚਾਹੁੰਦਾ ਵੀ ਗਰੀਬ ਦੇ ਨਾਲ ਧੱਕਾ ਨਹੀਂ ਕਰੀਦਾ ਭਾਈ। ਅਤੇ ਪੰਜਾਬ ਪੁਲਿਸ ਵਾਲਿਆਂ ਨੂੰ, ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਥੋੜ੍ਹਾ ਬੜਾ ਸੋਚ ਕੇ ਕੰਮ ਕਰੋ ਯਾਰ, ਕਿਸੇ ਦੇ ਨਾਲ ਧੱਕਾ ਨਾ ਕਰੋ। ਜਿਸ ਪਰਿਵਾਰ ਦੀ ਰੋਟੀ ਰੋਜੀ ਕੋਈ ਪੈਦਾ ਕਰਕੇ ਦੇਣ ਵਾਲਾ ਹੋਵੇ ਨਾ ਘਰ ਦੇ ਵਿੱਚ, ਅਤੇ ਉਹਦੇ ਨਾਲ ਧੱਕਾ ਨਹੀਂ ਕਰੀਦਾ ਹੁੰਦਾ ਯਾਰ, ਧੱਕਾ ਬਿਲਕੁਲ ਨਹੀਂ ਕਰੀਦਾ ਹੁੰਦਾ। ਲਾਈਟ ਜਾ ਰਹੀ ਬਾਰ ਬਾਰ, ਲਓ ਵੇਖ ਲਓ ਖੜੋ ਬਾਈ ਖੜੋ ਨਾਲ, ਵਿਸ਼ਵਦੀਪ ਨਾਲ ਜਰਾ ਸੀ ਧੱਕਾ, ਅੱਜ ਵਿਸ਼ਵਦੀਪ ਨਾਲ ਬਹੁਤ ਧੱਕਾ ਹੋ ਰਿਹਾ। ਵਿਸ਼ਵਦੀਪ ਦੀ ਮਦਦ ਕਰੋ, ਸਾਰੇ ਭੈਣ ਭਰਾਵੋ ਵਿਸ਼ਵਦੀਪ ਦੀ ਮਦਦ ਕਰੋ। ਉਹ ਕਿਉਂ, ਉਹ ਕਿਸੇ ਪੁੱਤ ਨੀ, ਕਿਸੇ ਭਰਾ ਨੀ, ਹੈ ਜੇ ਤੁਸੀਂ ਇੰਨਾ ਧੱਕਾ ਕਰ ਛੱਡਿਆ। ਵਾਹਿਗੁਰੂ, ਤੁਹਾਨੂੰ ਪੁੱਛ ਕੇ ਵੇਖੋ ਸਾਡੇ ਤੇ ਬੀਤ ਗਈ ਆ, ਹੈ ਥੋੜੇ ਨਿੱਕੇ ਨਿੱਕੇ ਪੁੱਤ, ਥੋੜੇ ਅੱਧਾ ਘੰਟਾ ਘਰੋਂ ਲੇਟ ਹੋ ਜਾਣਾ, ਥੋੜੀ ਪਾਕਾਂ ਨਿਕਲ ਜਾਣਗੀਆਂ ਤੁਹਾਡੀਆਂ, ਤੇ ਸਾਡਾ ਮੁੰਡਾ ਕੱਲ ਦਾ ਬੱਜਣਾ ਇੱਥੇ। ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ, ਕਿਸੇ ਨੇ ਵੀ ਸਾਥ ਨਹੀਂ ਦਿੱਤਾ ਸਾਡਾ। ਵਿਸ਼ਵ ਦੀ ਬਚਾਉਂਦਾ, ਵਿਸ਼ਵ ਦੀ ਹਰੇਕ ਧਰਮੇ ਚ ਜਾਂਦਾ, ਹਰੇਕ ਦੀ ਸਲਾਹਤਾ ਕਰਦਾ, ਹਰੇਕ ਦੇ ਪੱਖ ਚ ਆਉਂਦਾ, ਪਰ ਸਾਡੇ ਪੱਖ ਚ ਕੋਈ ਵੀ ਨਹੀਂ ਆਇਆ। ਹਰੇਕ ਜਦੋਂ ਕੋਈ ਹਰ ਕੋਈ ਫੜਿਆ ਗਿਆ, ਉਹਨੇ ਵੀਡੀਓ ਪਾਈਆਂ, ਉਹਨੇ ਹਰੇਕ ਤੇ ਵੀਡੀਓ ਪਾਈਆਂ, ਪਰ ਸਾਡੀ ਅੱਜ ਕੋਈ ਸੁਣਵਾਈ ਨਹੀਂ ਹੋ ਰਹੀ, ਨਾ ਸਾਡੇ ਮੁੰਡੇ ਨੇ ਕਿਸੇ ਨੇ ਉਹਦੇ ਪੱਖ ਚ ਕੋਈ ਵੀਡੀਓ ਨਹੀਂ ਪਾਈ, ਕਿਸੇ ਨੇ ਕਿਸੇ ਨੇ ਨਹੀਂ ਉਹਦਾ ਸਾਥ ਦਿੱਤਾ। ਕਿਹੜੀ ਗੱਲੋਂ,
ਹੁਣ ਆ ਮੈਂ ਲਾਈ ਪਾਈ ਨਾ, ਮੈਂ ਇੱਕ ਹੋਕਾ ਦਿੱਤਾ ਪੰਜਾਬ ਦੇ ਨੌਜਵਾਨਾਂ ਨੇ, ਵੀਰਾਂ ਭਰਾਵਾਂ ਨੂੰ, ਵੀ ਆਪਾਂ ਨੌਜਵਾਨ ਦੇ ਨਾਲ ਖੜੀਏ। ਇਹ ਮੇਰੀ ਲਾਈਵ ਨੂੰ ਤੁਸੀਂ ਮਰੀ ਜ਼ਮੀਰੋ ਨਹੀਂ ਸ਼ੇਅਰ ਕਰਨਾ, ਕਿਉਂਕਿ ਤੁਸੀਂ ਸਿਰਫ ਇੱਕ ਲੁੱਚੀਆਂ ਗਰੁੱਚੀਆਂ ਵੀਡੀਓ ਵੇਖਣ ਵਾਲੇ ਆ। ਤੁਸੀਂ ਸ਼ੇਅਰ ਕਰਕੇ ਉਹਨਾਂ ਤੱਕ ਨਹੀਂ ਪਹੁੰਚਾਉਣਾ, ਕਿਉਂਕਿ ਇੱਕ ਪੰਜਾਬ ਦਾ ਨੌਜਵਾਨ ਖਾਮ ਖਾ ਜੇਲ੍ਹ ਦੇ ਵਿੱਚ ਸੁੱਟ ਕੇ ਉਹਦਾ ਜੀਵਨ ਗ੍ਰਸਤ ਕੀਤਾ ਜਾ ਰਿਹਾ, ਅਤੇ ਤੁਸੀਂ ਇਹਨੂੰ ਵੀ ਸ਼ੇਅਰ ਮੈਨੂੰ ਪਤਾ ਨਹੀਂ ਕਰਨਾ, ਕਿਉਂਕਿ ਤੁਸੀਂ ਸਿਰਫ ਇੱਕ ਦੂਸਰੀਆਂ ਮਾੜੀਆਂ ਚੰਗੀਆਂ ਵੀਡੀਓ ਵੇਖਣ ਵਾਲੇ ਰਹਿ ਗਏ ਜੀ। ਪੰਜਾਬ ਦਾ ਮੁੰਡਾ ਨੌਜਵਾਨ ਇੱਕ ਜੇਲ੍ਹ 'ਚ ਵੀ ਸੁੱਟਿਆ ਜਾ ਰਿਹਾ ਪੱਕਾ, ਸਾਲ ਦੋ ਸਾਲ ਕੀ ਤਾਂ ਕਿੰਨੇ ਸਾਲ ਲੱਗ ਜਾਣੇ ਅਜੇ। ਤਾਂ ਜੇਕਰ ਨਾ ਤੁਸੀਂ ਅੱਜ ਨਾਲ ਖੜੇ ਨਾ, ਤਾਂ ਫਿਰ ਤੁਹਾਡਾ ਕੋਈ ਹਾਲ ਨਹੀਂ ਯਾਰ, ਕੁਛ ਨਹੀਂ ਤੁਹਾਡੇ ਵਾਸਤੇ, ਕਿਸੇ ਨੇ ਆਵਾਜ਼ ਨਹੀਂ ਚੁੱਕਣੀ। ਭਾਵੇਂ ਤੁਹਾਡਾ ਕੋਈ ਧੀ ਪੁੱਤਰ ਜੋ ਨਸ਼ੇ 'ਚ ਗੁਲਤਾਨ ਹੋਵੇ, ਭਾਵੇਂ ਸਰਕਾਰਾਂ ਧੱਕਾ ਕਰਦੀਆਂ ਹੋਣ, ਕਿਸੇ ਨੇ ਆਵਾਜ਼ ਨਹੀਂ ਚੁੱਕਣੀ। ਅਸੀਂ ਵੀ ਇਸੇ ਕਰਕੇ ਆਵਾਜ਼ ਤਾਂ ਕਰਕੇ ਥੋੜ੍ਹਾ ਜਿਹਾ ਹਟ ਗਏ ਹਾਂ ਕਿ ਯਾਰ ਤੁਸੀਂ ਖੜਦੇ ਨਹੀਂ ਨਾਲ। ਆ ਤੁਸੀਂ ਕੋਈ ਆਪਾਂ ਮੈਸੇਜ ਦਿੰਦੇ ਹਾਂ ਨਾ, ਤੁਸੀਂ ਸਾਡਾ ਮੈਸੇਜ ਵੀ ਨਹੀਂ ਸ਼ੇਅਰ ਕਰਦੇ, ਪਤਾ ਨਹੀਂ ਤੁਸੀਂ ਕੀ ਆ। ਹੁਣ ਗਰੀਬ ਆ, ਗਰੀਬ ਪਰਿਵਾਰ ਤੋਂ ਆ ਬਿਲੋਂਗ ਕਰਦਾ, ਫਿਰ ਵੀ ਉਹ ਯੁਰਤ ਕਰਦਾ ਸੱਚ ਬੋਲਣ ਦੀ। ਮਜ਼੍ਹਬੀ ਸਿੰਘਾਂ ਦੇ ਪਰਿਵਾਰ ਤੋਂ ਆਓ, ਤਾਂ ਫਿਰ ਵੀ ਤੁਸੀਂ ਨਹੀਂ ਸਾਥ ਦਿੰਦੇ, ਲੱਖ ਦੀ ਲਾਹਨਤ ਆ ਯਾਰ ਤੁਹਾਡੀ। ਤਾਂ ਜਿਨ੍ਹਾਂ ਦੇ ਵਾਸਤੇ ਉਹ ਕੋਰਟ ਦਿੰਦੇ ਉੱਥੇ ਗਿਆ ਭਾਨੇ ਹੋਣਾ ਵਾਸਤੇ, ਅੱਜ ਭਾਨੇ ਹੋਣਾ ਦਾ ਫਰਜ਼ ਬਣਦਾ, ਅਤੇ ਭਾਨੇ ਹੋਣਾ ਦੇ ਜਿਹੜੇ ਬੰਦੇ ਨਾਲ ਨੇ ਉਹਨਾਂ ਦਾ ਵੀ ਫਰਜ਼ ਬਣਦਾ ਵੀ ਇਹ ਗਰੀਬ ਦੇ ਨਾਲ ਅੱਜ ਖੜੋ। ਪਤਾ ਤਾਂ ਲੱਗਣਾ ਇਹ ਤੁਹਾਡੇ ਨਾਲ ਖੜਿਆ ਸੀ ਜਦੋਂ ਤੁਹਾਡੇ 'ਤੇ ਪਈ ਸੀ। ਮੈਂ ਸਿੱਧੀ ਗੱਲ ਕਰਦਾ, ਮੈਂ ਗੋਲ ਮੋਲ ਗੱਲ ਕਰਨ ਵਾਲਾ ਬੰਦਾ ਨਹੀਂ ਗਾ। ਇੱਕ ਵੀਰ ਨੇ ਲਿਖਿਆ ਆ, ਪੰਜਾਬ ਪੁਲਿਸ ਕਹਿੰਦੀ ਇਸ 'ਤੇ ਅੰਮ੍ਰਿਤਪਾਲ ਸਿੰਘ ਵਾਂਗ ਇਸ 'ਤੇ FIR ਦਰਜ ਕਰਨੀ ਆ। ਕਹਿੰਦੇ ਵੀ ਜਿਹੜੀ ਅੰਮ੍ਰਿਤਪਾਲ ਦੇ ਉੱਤੇ ਧਾਰਾ ਲੱਗੀ ਹੈ ਨਾ, ਕਹਿੰਦੇ ਇਹਦੇ ਉੱਤੇ ਉਹ ਲਾ ਕੇ ਅਤੇ ਇਹਨੂੰ ਉੱਥੇ ਪਹੁੰਚਾਉਣਾ ਜਿੱਥੇ ਉਹ ਗਏ। ਤਾਂ ਹੁਣ ਤੁਸੀਂ, ਤੁਹਾਡੇ ਹੱਥ ਵਿੱਚ ਆ, ਤੁਸੀਂ ਸਾਥ ਦੇਣਾ ਭੈਣ ਦਾ ਜਾਂ ਵੀਰ ਦਾ ਜਾਂ ਪਰਿਵਾਰ ਦਾ, ਤਾਂ ਠੀਕ ਹੈ, ਜੇ ਨਹੀਂ ਸਾਥ ਦੇਣਾ ਤਾਂ ਤੁਹਾਡੀ ਮਰਜ਼ੀ। ਆਪਾਂ ਦਿਲੋਂ ਸਪੋਰਟ ਕਰਦੇ ਹਾਂ, ਹੋ ਸਕਦਾ ਮੈਂ ਜਾਵਾਂ ਵੀ, ਕਿਉਂਕਿ ਜਿਹੜਾ ਬੰਦਾ ਸੱਚ ਬੋਲਦਾ ਆਪਾਂ ਉਹਦੇ ਨਾਲ ਖੜੇ ਹਾਂ, ਸਾਰਾ ਤਤਪਰਤਾ 'ਤੇ ਖੜੇ ਹਾਂ। ਅਤੇ ਖੜਨ ਦਾ ਫਾਇਦਾ ਆ, ਜਦੋਂ ਕਿਸੇ ਦੇ ਉੱਤੇ ਪੈ ਜਾਵੇ ਨਾ ਤਾਂ ਜਾਣਾ ਚਾਹੀਦਾ। ਠੀਕ ਆ ਜੀ, ਫਿਰ ਮਿਲਦੇ ਹਾਂ, ਸਵੇਰੇ ਫਿਰ ਲਾਈਵ ਹੋਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਲਾਈਵ ਨੂੰ ਸ਼ੇਅਰ ਜ਼ਰੂਰ ਕਰਿਓ ਜੇਕਰ ਜ਼ਮੀਰ ਜਾਗਦੀ ਆ ਤਾਂ, ਜੇ ਮਰੀ ਆ ਜ਼ਮੀਰ ਤਾਂ ਫਿਰ ਰਹਿਣ ਦਿਓ। ਵਾਹਿਗੁਰੂ ਜੀ।